ਕਮਨਵੀਰ ਹੁਣ ਪੜ੍ਹਾਈ ਕਰ ਰਿਹਾ ਹੈ ਜੀ। ਐਂਡ ਇੱਥੇ ਭਾਅ ਜੀ ਨੇ ਕਮਨਵੀਰ ਦਾ ਊੜਾ ਐੜਾ ਈੜੀ ਸੱਸੇ ਦਾ ਟੈਸਟ ਲਿਆ ਹੈ। ਐਂਡ ਕਮਨਵੀਰ ਨੇ ਪੰਜਾਬੀ ਦੀ ਸਾਰੀ ਸਟੱਡੀ ਕੀਤੀ ਇੱਥੇ। ਕੋਸ਼ਿਸ਼ ਕਰ ਰਿਹਾ ਹੈ ਆਪਣੀਆਂ ਬੁੱਕ ਫਿਨਿਸ਼ ਕਰਨ ਦੀ, ਜਿਹੜੀ ਇਹਦੀ ਫਸਟ ਗ੍ਰੇਡ ਲੈਵਲ ਦੀ ਬੁੱਕ ਨਵੀਂ ਆਰਡਰ ਕੀਤੀ ਅਸੀਂ। ਵੀ ਸਾਰੇ ਪੋਚਾ ਲਾ ਕੇ ਹਟਿਆ ਹੈ, ਅੱਜ ਸਫਾਈਆਂ ਕੀਤੀਆਂ ਨੇ ਕਮਨਵੀਰ ਨੇ, ਕਿਉਂਕਿ ਅੱਜ ਕੋਈ ਆ ਨਹੀਂ ਰਿਹਾ ਹੈਗਾ ਘਰ। ਐਂਡ ਅੱਜ ਬਸ ਘਰ ਦੇ ਕੰਮ ਹੀ ਕਰ ਰਹੇ ਹਾਂ। ਅਸੀਂ ਥੋੜ੍ਹੇ ਆਲੂ ਬੋਇਲ ਕਰਨੇ ਰੱਖ ਦਿੱਤੇ ਹੈ, ਸੋ ਅੱਜ ਬਣੇਗੀ ਆਲੂ ਨਿਊਟਰੀ ਦੀ ਸਬਜ਼ੀ। ਐਂਡ ਨਾਲ ਇੱਧਰ ਸਪਿਨਚ ਜਿਹੜੀ ਹੈ ਥੋੜ੍ਹੀ ਬੋਇਲ ਹੋ ਰਹੀ ਹੈ, ਸਪਿਨਚ ਕੁੱਕ ਹੋ ਰਹੀ। ਇੱਥੇ ਬਣੇਗਾ ਪਾਲਕ ਪਨੀਰ, ਥੋੜ੍ਹਾ ਘਰ ਦਾ ਫਰੈਸ਼ ਪਨੀਰ ਬਣਾ ਕੇ ਰੱਖ ਦਿੱਤਾ ਹੈ। ਆਲੂ ਨਿਊਟਰੀ ਦੀ ਸਬਜ਼ੀ ਵਾਸਤੇ ਆ ਆਲੂ ਬੋਇਲ ਹੋ ਗਏ ਹੈ। ਇੱਧਰ ਤੜਕਾ ਤਿਆਰ ਹੋ ਰਿਹਾ ਹੈ ਸਬਜ਼ੀ ਵਾਸਤੇ। ਮੈਂ ਇੱਥੇ ਨਿਊਟਰੀ ਥੋੜ੍ਹੀ ਦੇਰ ਗਰਮ ਪਾਣੀ ਵਿੱਚ ਪਾ ਦਿੱਤੀ ਹੈ। ਇਹਨਾਂ ਤੜਕੇ ਦੇ ਵਿੱਚ ਆਲੂ ਅਤੇ ਨਿਊਟਰੀ ਮਿਕਸ ਕਰ ਦਿੱਤੀ ਹੈ। ਹੁਣ ਮੈਂ ਇਹਦੇ ਵਿੱਚ ਥੋੜ੍ਹਾ ਵਾਟਰ ਐਡ ਕਰਾਂਗੀ। ਹੁਣ ਮੈਂ ਜਿਹੜੇ ਪਾਣੀ ਦੇ ਵਿੱਚ ਨਿਊਟਰੀ ਰੱਖੀ ਸੀ ਥੋੜ੍ਹੀ ਦੇਰ ਬਸ ਕੁੱਕ ਹੋਣ ਵਾਸਤੇ, ਉਹੀ ਪਾਣੀ ਹੁਣ ਮੈਂ ਥੋੜ੍ਹਾ ਥੋੜ੍ਹਾ ਕਰਕੇ ਇਹਦੇ ਵਿੱਚ ਬਸ ਐਡ ਕਰ ਦੇਣਾ। ਹੁਣ ਮੈਂ ਇਹਦੇ ਵਿੱਚ ਸਾਰਾ ਪਾਣੀ ਐਡ ਕਰ ਦਿੱਤਾ ਅਤੇ ਹੁਣ ਇਹਨੂੰ ਥੋੜ੍ਹੀ ਦੇਰ ਬਸ ਇਸ ਤਰ੍ਹਾਂ ਹੀ ਉੱਪਰ ਲਿਡ ਲਗਾ ਦਾਂਗੇ, ਢੱਕ ਦਾਂਗੇ ਇਹਨੂੰ, ਅਤੇ ਫਿਰ ਇੱਦਾਂ ਹੀ ਰਿੱਝਣ ਦਾਂਗੇ ਥੋੜ੍ਹੀ ਦੇਰ। ਬਸ ਸਾਡੀ ਸਬਜ਼ੀ ਆਲਮੋਸਟ ਰੈਡੀ ਹੈ, ਜਸਟ ਮੇ ਬੀ 5 ਮੋਰ ਮਿਨਟਸ ਐਂਡ ਦੈਨ ਇਟਸ ਡਨ। ਓਕੇ ਜੀ, ਸਬਜ਼ੀ ਸਾਡੀ ਬਣ ਗਈ ਆ ਹੁਣ, ਅਤੇ ਅਸੀਂ ਟਰਨ ਆਫ ਕਰ ਦਿੰਦੇ ਹਾਂ ਗੈਸ। ਆਲੂ ਨਿਊਟਰੀ ਦੀ ਸਬਜ਼ੀ ਹੋ ਗਈ ਸਾਡੀ ਰੈਡੀ। ਵੀਰ ਐਂਡ ਏਕਮਵੀਰ ਹੁਣ ਨਿਊਟਰੀ ਦੀ ਸਬਜ਼ੀ ਦੇ ਨਾਲ ਰੋਟੀ ਖਾ ਰਹੇ ਹੈ। ਕਮਵੀਰ ਕਿੱਦਾਂ ਬਣੀ ਸਬਜ਼ੀ? ਵਧੀਆ ਵਧੀਆ ਬਣੀ ਹੈ। ਤੇ ਕਮਨਵੀਰ ਕਿੱਦਾਂ ਬਣੀ ਹੈ? ਬੈਡ। ਕਿਉਂ? ਇਟਸ ਸੋ ਸੋ ਸਪਾਈਸੀ। ਕਮਨਵੀਰ ਤੂੰ ਆਲਵੇਸ ਕੁਛ ਨਾ ਕੁਛ ਕਹਿਣਾ ਹੀ ਹੁੰਦਾ, ਯੂ ਆਰ ਨੋਨ ਫੋਰ ਦੈਟ। ਆਲਵੇਸ ਕੁਛ ਵੀ ਹੋਵੇ ਨਾ ਤੂੰ ਕੁਛ ਇਦਾਂ ਦੀ ਗੱਲ ਕਹਿਣਾ ਹੁੰਦਾ। ਆ ਸਾਡੇ ਅੱਜ ਇੱਥੇ ਮਿਸਤਰੀ ਲੱਗੇ ਨੇ, ਇਹਨਾਂ ਨੇ ਜਾਨਵਰਾਂ ਦਾ ਇੰਤਜ਼ਾਮ ਕਰ ਦਿੱਤਾ ਹੁਣ ਪੱਕਾ। ਇੱਥੇ ਸਾਰੇ ਥੱਲੇ ਲਗਾ ਦਿੱਤੀਆਂ ਲੱਕੜੀਆਂ, ਬਲੌਕਸ ਜਿਹੜੇ ਹੈ ਵੁੱਡ ਬਲੌਕਸ। ਐਂਡ ਜੀ ਇਹਨਾਂ ਨੇ ਨਵਾਂ ਗੇਟ ਲਾ ਦਿੱਤਾ ਹੈ, ਅਤੇ ਪਹਿਲਾਂ ਇੱਥੇ ਆਹ ਵਾਲਾ ਗੇਟ ਲੱਗਾ ਸੀ ਪਰ ਜੀ ਬੜੀ ਹੈਡੇਕ ਸੀ ਕਿਉਂਕਿ ਖੁੱਲ੍ਹਦਾ ਨਹੀਂ ਸੀ। ਇਹਨਾਂ ਨੇ ਸਾਈਡ 'ਤੇ ਨਾ ਬਸ ਇਹ ਅੜਾਈਆਂ ਸੀ ਰੱਸੀਆਂ ਜੀਆਂ, ਸੋ ਹੁਣ ਆਹ ਲਾ ਕੇ ਡੈਡੀ ਨੇ ਅਤੇ ਸਰੀ ਨੇ ਪਰਮਾਨੈਂਟ ਕੰਮ ਕਰ ਦਿੱਤਾ। ਇੱਧਰ ਤਾਂ ਸਾਰੀ ਲਗਾ ਦਿੱਤੀ ਸੀ ਇਹਨਾਂ ਨੇ ਪਿਛਲੀ ਵਾਰੀ ਆ ਸਾਰੀ ਫੈਂਸ, ਅਤੇ ਹੁਣ ਆਹ ਵਾਲੀ ਸਾਈਡ ਆ ਜਿਹੜੀ ਇਹ ਹੁਣ ਇਹ ਪੱਕੀ ਕਵਰ ਕਰ ਦੇਣ ਲੱਗੇ ਹੈ, ਅਤੇ ਆਹ ਜਿਹੜਾ ਗੇਟ ਲਗਾ ਦਿੱਤਾ ਇੱਥੇ ਅਤੇ ਉਹ ਗੇਟ ਅੰਦਰੋਂ ਦੀ ਹੀ ਖੁੱਲ੍ਹੇਗਾ। ਸੋ ਹੁਣ ਉੱਧਰੋਂ ਦੀ ਪਿੱਛੋਂ ਦੀ ਗਾਰਡਨ ਦੇ ਵਿੱਚ ਜਾ ਕੇ ਅਤੇ ਇੱਧਰੋਂ ਦੀ ਅੰਦਰੋਂ ਗੇਟ ਖੋਲ੍ਹ ਕੇ ਸਿੱਧਾ ਅਸੀਂ ਜਾ ਸਕਦੇ ਹਾਂ ਇੱਧਰ ਆਹ ਵਾਲੀ ਸਾਈਡ 'ਤੇ। ਹਾਂ ਆਹ ਗੇਟ ਬਣਾ ਦਿੱਤਾ ਜੀ ਇਹਨਾਂ ਨੇ, ਵਧੀਆ ਹੋਈ ਜਿਹੜੀ ਥੱਲੇ ਲੱਗ ਗਏ ਆ ਬਲੌਕਸ, ਕਿਉਂਕਿ ਇਹਦੇ ਨਾਲ ਕੋਈ ਵੀ ਜਾਨਵਰ ਨਹੀਂ ਥੱਲੇ ਜਾ ਸਕਦਾ ਹੁਣ। ਹਾਂ ਨਹੀਂ ਮੈਨੂੰ ਪਤਾ ਲੱਗ ਗਿਆ ਹੁਣ। ਖੜੀ ਖੜੀ ਨੇ ਦੇਖੀਆ ਕਿੰਨੀਆਂ ਬਲੂਬੈਰੀਜ਼ ਇੱਥੇ ਲੱਗੀਆਂ ਨੇ, ਬਹੁਤ ਜ਼ਿਆਦਾ ਬਲੂਬੈਰੀਜ਼ ਲੱਗ ਰਹੀਆਂ ਇੱਥੇ, ਕਿੰਨੇ ਗੁੱਛਿਆਂ ਦੇ ਗੁੱਛੇ ਲੱਗ ਰਹੇ ਆ। ਮੈਂ ਤਾਂ ਵੈਸੇ ਇੱਥੇ ਖੜੀ ਸੀ ਗੇਟ ਦੇਖਦੀ ਸੀ ਅਤੇ ਮੈਂ ਕਿਹਾ ਕਿੰਨੀਆਂ ਬਲੂਬੈਰੀਜ਼ ਲੱਗੀਆਂ, ਇੱਧਰ ਨੂੰ ਆਉਣ ਹੀ ਨਹੀਂ ਹੁੰਦਾ, ਬਾਕੀ ਕੰਮ ਹੀ ਨਹੀਂ ਖਤਮ ਹੁੰਦੇ। ਆ ਮਿਸਤਰੀ ਵਿਚਾਰੇ ਨੇ ਸਨੀ ਉਹਦੇ ਡਿਨਰ ਵੀ ਨਹੀਂ ਕੀਤਾ ਅਜੇ ਤੱਕ। ਦਿਸ ਵਨ ਇਜ਼ ਆਲਮੋਸਟ ਡਨ। ਹਾਂ ਬਸ ਹੋ ਗਈ ਕਮਨਵੀਰ, ਥੋੜੀ ਜੀ ਖੱਟੀ ਹੋਣੀ, ਥੋੜੀ ਜੀ ਪੱਕ ਲੈਂਦੇ। ਆ ਜਿਹੜੀਆਂ ਪਰਪਲ ਵਾਲੀਆਂ ਨਾ ਕਮਨਵੀਰ, ਇਹ ਆਲਮੋਸਟ ਡਨ ਹੋ ਗਈਆਂ ਨੇ। ਆ ਵੀ ਆ ਦੇ ਥੱਲੇ ਵੀ ਪਰਪਲ ਵਾਲੀ, ਈਟ ਕਰ ਸਕਦਾ ਇਹ ਪਰ ਉਹ ਮੇਬੀ ਤੈਨੂੰ ਸਵਾਦ ਨਾ ਲੱਗੇ। ਹਾਂ ਟਮਾਰੋ ਦੇਖ ਲਾਂਗੇ, ਕੱਲ ਦੇਖ ਲਾਂਗੇ। ਗਾਰਡਨ ਦੇ ਅੰਦਰ ਵਾਲੀ ਸਾਈਡ ਤੋਂ ਵੀ ਇਹਨਾਂ ਨੇ ਨਾ ਥੱਲੇ ਆ ਪੱਕੇ ਬਲੌਕਸ ਜਿਹੜੇ ਨੇ ਉਹ ਲਗਾ ਦਿੱਤੇ। ਮਨਵੀਰ ਤੂੰ ਕਿਉਂ ਤੋੜਿਆ ਬੇਟਾ? ਨਹੀਂ ਪੁੱਟ ਬੈਕ ਨਹੀਂ ਰਹਿਣ ਦੇ। ਆਲਮੋਸਟ ਰਾਤ ਦੇ 9 ਵੱਜ ਗਏ ਐਂਡ ਵਰਕਰਸ ਆਪਣਾ ਰੈਪ ਅਪ ਕਰ ਰਹੇ ਆ ਹੁਣ ਸਾਰਾ ਕੰਮ। ਹੁਣ ਕੁਐਸਚਨ ਇਹ ਹੈ ਕਿ ਆਹ ਸਾਈਡ ਬੰਦ ਕਿੱਦਾਂ ਕਰਨੀ ਹੈ ਚੰਗੀ ਤਰ੍ਹਾਂ, ਤਾਂ ਕਿ ਕੋਈ ਵੀ ਜਾਨਵਰ ਇੱਧਰੋਂ ਨਾ ਹੁਣ ਜਾਏ।